ਦੇ ਹੱਥੇ ਚੜੇ ਹੁੱਲੜਬਾਜ਼ ਕਾਲਜ ਦੇ ਬਾਹਰ ਆ ਕੇ ਵਿਦਿਆਰਥੀਆਂ ਨਾਲ ਕਰਦੇ ਸੀ ਛੇੜਛਾੜ। ਮੌਕੇ ਤੇ ਹੀ ਟ੍ਰੈਫਿਕ ਪੁਲਿਸ ਵੱਲੋਂ ਕਰ ਦਿੱਤੇ ਗਏ ਮੋਟੇ ਚਲਾਨ। ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਾਲਜ ਦੇ ਬਾਹਰ ਆ ਕੇ ਕੁਝ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਸੀ। ਆਪਣੇ ਵਾਹਨਾਂ ਤੇ ਬੈਠ ਕੇ ਉਹ ਹੁੱਲੜਬਾਜ਼ੀ ਕਰਦੇ ਸੀ ਅਤੇ ਵਿਦਿਆਰਥੀਆਂ ਦੇ ਨਾਲ ਛੇੜਛਾੜ ਕਰਦੇ ਸੀ। ਇਸ ਸੰਬੰਧੀ ਜਦ ਟ੍ਰੈਫਿਕ ਪੁਲਿਸ ਦੇ ਕੋਲ ਸ਼ਿਕਾਇਤ ਪਹੁੰਚੀ ਤਾਂ ਉਹਨਾਂ ਨੇ ਕਾਲਜ ਦੇ ਬਾਹਰ ਹੀ ਨਾਕਾ ਲਗਾ ਦਿੱਤਾ ਅਤੇ ਫਿਰ ਅਜਿਹੇ ਨੌਜਵਾਨਾਂ ਨੂੰ ਮੌਕੇ ਤੇ ਹੀ ਕਾਬੂ ਕਰਕੇ ਉਹਨਾਂ ਦੇ ਮੋਟੇ ਜੋ ਚਲਾਨ ਉਹ ਕੀਤੇ ਗਏ। ਪੁਲਿਸ ਦੇ ਵੱਲੋਂ ਕਾਲਜ ਦੇ ਬਾਹਰ ਹੀ ਨਾਕੇਬੰਦੀ ਕੀਤੀ ਗਈ ਅਤੇ ਅਜਿਹੇ ਹੁੱਲੜਬਾਜ਼ਾਂ ਦੇ ਖਿਲਾਫ ਕਾਰਵਾਈ ਕੀਤੀ ਗਈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਈ ਨੌਜਵਾਨ ਅਜਿਹੇ ਨੇ ਜੋ ਕਿ ਬੁਲਟ ਦੇ ਪਟਾਕੇ ਮਾਰਦੇ ਹੋਏ ਵਿਖਾਈ ਦਿੱਤੇ ਅਤੇ ਜਿਵੇਂ ਹੀ ਪੁਲਿਸ ਨੇ ਅਜਿਹੇ ਹੁੱਲੜਬਾਜ਼ਾਂ ਨੂੰ ਦੇਖਿਆ ਤਾਂ ਉਹਨਾਂ ਨੇ ਮੌਕੇ 'ਤੇ ਹੀ ਉਹਨਾਂ ਦੇ ਮੋਟੇ ਚਲਾਨ ਕਰ ਦਿੱਤੇ। ਹਾਲਾਂਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਇਸ ਸਭ ਨੂੰ ਲੈ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਪਰ ਫਿਰ ਵੀ ਕਈ ਲੋਕ ਅਜਿਹੇ ਹੁੰਦੇ ਨੇ ਜੋ ਨਿਯਮਾਂ ਦੀ ਉਲੰਘਣਾ ਕਰਦੇ ਨੇ, ਨਿਯਮਾਂ ਦੀ ਧੱਜੀਆਂ ਉਡਾਉਂਦੇ ਨੇ ਅਤੇ ਆਪਣੇ ਹੀ ਚਾਵਾਂ ਸ਼ੌਂਕਾਂ ਦੇ ਨਾਲ ਹੁੱਲੜਬਾਜ਼ੀ ਕਰਦੇ ਨੇ, ਨਿਯਮਾਂ ਨੂੰ ਤੋੜਦੇ ਨੇ। ਪਰ ਪੁਲਿਸ ਦੇ ਵੱਲੋਂ ਹੁਣ ਫਿਰੋਜ਼ਪੁਰ ਦੇ ਵਿੱਚ ਕਾਲਜ ਦੇ ਬਾਹਰ ਸਖ਼ਤੀ ਦਿਖਾਈ ਗਈ ਜਿੱਥੇ ਪੁਲਿਸ ਨੇ ਮੌਕੇ 'ਤੇ ਹੀ ਅਜਿਹੇ ਹੁੱਲੜਬਾਜ਼ਾਂ ਦੇ ਚਲਾਨ ਕਰ ਦਿੱਤੇ ਅਤੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਅਗਾਂਹ ਜੇ ਉਹ ਅਜਿਹੀਆਂ ਹਰਕਤਾਂ ਕਰਦੇ ਰਹੇ ਤਾਂ ਪੁਲਿਸ ਵੱਡੀ ਕਾਰਵਾਈ ਵੀ ਕਰ ਸਕਦੀ ਹੈ। ਜਿਹੜਾ ਅੱਜ ਦਾ ਨਾਕਾ ਜੀ, ਇਹ ਮਾਣਯੋਗ SSP ਫਿਰੋਜ਼ਪੁਰ ਸ਼੍ਰੀ ਸੋਮਿਆ ਮਿਸ਼ਰਾ ਜੀ, ਉਹਨਾਂ ਦੀਆਂ ਹਦਾਇਤਾਂ 'ਤੇ ਲਗਾਇਆ ਗਿਆ। ਉਹਨਾਂ ਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਕਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਇੱਥੇ ਜਿਹੜੇ ਆ ਸਿਰ ਫਿਰੇ ਆ ਇਹ ਗੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ। ਇਸ ਕਰਕੇ ਲਗਾਤਾਰ ਹੀ ਇੱਥੇ ਨਾਕਾ ਲੱਗ ਰਿਹਾ ਅਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵਹੀਕਲ ਆ ਜਿਹੜੇ ਅਵਾਉਂਡ ਕਰ ਰਹੇ ਆ, ਉਹ ਚਲਾਨ ਕੱਢ ਰਹੇ ਆ। ਔਰ ਜੇ ਕੋਈ ਜ਼ਰੂਰਤ ਪੈਂਦੀ ਹੈ ਸਾਨੂੰ ਦੱਸਿਆ, 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ਰੀ ਭੇਜਿਆ। ਨਹੀਂ, ਬਹੁਤ ਫਰਕ ਪਿਆ, ਸੈਮੀਨਾਰਾਂ ਦੇ ਨਾਲ ਅਵੇਅਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ। ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ, ਮਤਲਬ ਬਹੁਤ ਘੱਟ ਅਰੀਅਰ ਕੇਸ ਆ ਕਿਤੇ ਨਾ ਕਿਤੇ ਬੱਚਾ ਮਿਲਦਾ ਔਰ ਨਹੀਂ ਹੁਣ ਮਤਲਬ ਕਾਫੀ ਸਾਰਥਕ ਨਤੀਜੇ ਆ। ਲਗਭਗ 7-8 ਚਲਾਨ ਕੀਤੇ ਆ, ਬਾਕੀ ਕੁਛ ਵਹੀਕਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਔਰ ਨਾਕਾ ਲਗਾਤਾਰ ਜਾਰੀ ਹੈ। ਬਿਲਕੁਲ ਬਿਲਕੁਲ, ਦਾਸ ਬਰਾਊਨ ਸਕੂਲ ਦੇ ਬਾਹਰ ਵੀ ਨਾਕਾ ਲਗਾਈ ਦਾ ਅਤੇ ਦੇਸ ਸਮਾਜ ਦੇ ਬਾਹਰ ਵੀ ਲਗਾਤਾਰ ਲਾ ਰਹੇ ਹਾਂ ਔਰ ਕਾਰਵਾਈ ਕਰ ਰਹੇ ਹਾਂ। ਉਹਨਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਵੀ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਵਹੀਕਲ ਨਾ ਦੇਣ ਔਰ 18 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਾਂ ਪੂਰੇ ਰੱਖਣ ਤਾਂ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।